ਆ ਦੂਸਰਾ ਆ ਹੱਡੀ ਨਹੀਂ ਕੱਟੀ ਉਹਨਾਂ ਨੇ, ਕੱਟ ਨਹੀਂ ਹੋਈ ਉਹਨਾਂ ਕੋਲੋਂ। ਇਹ ਕਿਹਨੇ ਕੱਟੀ ਹੈ? ਇਹ ਜੀ ਪੂਛ ਜਿਹੜੀ ਆ ਕਾਵਾਂ ਨੇ ਠੂੰਗ ਦਿੱਤੀ, ਖਰਾਬ ਹੋ ਗਈ, ਅਤੇ ਇਹਦਾ ਦੇਸੀ ਟੋਟਕਾ ਹੁੰਦਾ, ਇਹਨੂੰ ਡੰਮ ਲਾਉਣਾ, ਅੱਗ ਤਾ ਕੇ ਉਹਦੇ 'ਚ ਤਾਤੀ ਤੱਤੀ ਕਰਕੇ ਉੱਤੇ ਲਾਉਂਦੇ ਆ ਕੋਲ। ਮੈਂ ਡਰਦਾ ਨਹੀਂ ਜਾਂਦਾ ਮੇਰੇ ਉੱਤੇ ਨਾ ਚੜ੍ਹ ਜਾਏ, ਬੜਾ ਤਕਲੀਫ ਦੇ ਅਮਲ ਹੁੰਦਾ, ਵਿਚਾਰੀ ਦੇ ਪੈਰ ਬੰਨੇ। ਕਹਿੰਦੇ ਡੇਰੀ ਫਾਰਮਿੰਗ ਅਤੇ ਫਲਾਨੀ ਫਾਰਮਿੰਗ ਐਡਾ ਸੌਖਾ ਕੰਮ ਨਹੀਂ, ਡੰਗਰਾਂ ਨੇ ਡੰਗਰ ਬਣਨਾ ਪੈਂਦਾ। ਉਹ ਦੇਖੋ ਮਾਸ ਸੜਨ ਦੀ ਬੋ ਆਣ ਡਈ ਆ, ਧੂੰ ਨਿਕਲਦਾ ਪੂਛ ਦੇ ਵਿੱਚੋਂ। ਇਹ ਜ਼ੁਲਮ ਜ਼ੁਲਫਕਾਰ 'ਤੇ ਪਊਗਾ, ਸਾਡੇ 'ਤੇ ਕਾਹਦਾ ਪੈਣਾ? ਅਸੀਂ ਤਾਂ ਵੀਡੀਓ ਵੀ ਬਣਾਉਣ ਡਏ ਹਾਂ। ਇਹਨੂੰ ਜੀ ਕਹਿੰਦੇ ਮੋਹਰੀ ਲੱਗ ਗਈ ਆ, ਮੋਹਰੀ ਦਾ ਇਲਾਜ ਹੀ ਕੋਈ ਨਹੀਂ ਸਿਵਾਏ ਇਸ ਤੱਕ ਪੂਛ ਕੱਟਣੀ ਪੈਂਦੀ ਆ। ਉਹ ਕਾਂ ਠੂੰਗ ਦਿੰਦੇ ਆ, ਫਿਰ ਜ਼ਖਮ ਜਿਹੜਾ ਹੁੰਦਾ ਉੱਤੇ ਹੁੰਦੇ ਵਾਲ ਪਤਾ ਨਹੀਂ ਲੱਗਦਾ, ਪੂਛ ਸੁੱਕਣ ਲੱਗ ਪੈਂਦੀ। ਇਹਦੀ ਵਿਚਾਰੀ ਦੀ ਵੀ ਇਸ ਤਰ੍ਹਾਂ ਹੀ ਹੋਈ ਹੈ, ਇਹਨੂੰ ਮੋਹਰੀ ਲੱਗ ਗਈ ਹੈ। ਆਹ ਜਾਂ ਮਸੀਤ ਮੰਨ ਲਾ ਜਾਂ ਦਰਬਾਰ ਤੇ। ਦਾਤੀ ਲਾ, ਉਹ ਦਾਤੀ ਆਵੇ ਤੇ ਫੜਾ ਦਾਤੀ ਬਾਬੇ ਨੂੰ। ਆ ਕਿੱਲ ਜਿਹਾ ਕੀ ਦਿਸਦਾ ਵਿੱਚ ਹੁੰਦੀ? ਹੱਡੀ ਹੱਡੀ ਆ। ਤੂੰ ਸਲੋਤਰਾ ਕਦੋਂ ਦਾ ਬਈ? ਤੂੰ ਸਲੋਤਰਾ ਕਦੋਂ ਦਾ ਦੱਸੋ? ਕਿੱਡੀ ਸੋਹਣੀ ਝੋਟੀ ਸੀ, ਬਸ ਦਾਗੀ ਹੋ ਗਈ। ਇਹ ਫੰਡਰ ਆ ਕਿ ਗੱਭਣ? ਓਹੋ, ਫਿਰ ਤਾਂ ਖਤਰਨਾਕ ਪੋਜੀਸ਼ਨ 'ਤੇ। ਕਿੰਨਵੇਂ ਮਹੀਨੇ ਆ? ਓਹ ਖਤਰਨਾਕ ਹੀ। ਅੱਛਾ, ਅੱਲਾ ਕਰਮ ਕਰੇ। ਇਹ ਕੀ ਹੈਗਾ ਫਾਲਾ? ਕੁੱਟਦੇ ਤੁਸੀਂ ਹੁਣ? ਅਸਲ ਚ ਹਨੇਰਾ ਹੋ ਗਿਆ, ਹੁਣ ਨਜ਼ਰ ਨਹੀਂ ਆਉਂਦਾ। ਖਲੋ ਗਈ, ਇਹਦਾ ਮਤਲਬ ਡੰਮ ਆ ਗਿਆ। ਹੁਣ ਉਹਨੂੰ ਸਕੂਨ ਆਉਂਦਾ, ਹੁਣ ਉਹ ਜਿਹੜਾ ਤਕਲੀਫ ਸੀ ਉਹ ਮੁੱਕ ਗਈ। ਲੋ ਜੀ, ਹੁਣ ਇਹਨੂੰ ਤੇਲ ਦੇ ਵਿੱਚ ਡੋਬ ਦੇਣਾ। ਇਹਨੂੰ ਕਹਿੰਦੇ ਤੇਲ ਨਾਲ ਡੰਮ ਦੇਣਾ। ਕਬ ਰੱਖੀ ਵੇ, ਨਜ਼ਰ ਨਹੀਂ ਆ ਰਿਹਾ ਤੇਲ। ਹਨੇਰਾ ਹੋ ਗਿਆ, ਸ਼ਾਇਦ ਥੋੜ੍ਹਾ ਜਿਹਾ ਬਰਤਨ ਨਜ਼ਰ ਆਉਂਦਾ ਹੋਵੇ। ਤਪ ਦੇ ਤੇਲ ਦੇ ਨਾਲ ਜਿੰਨਾ ਕੁ
ਡੰਮਿਆ ਨਾ ਲੋਹੇ ਦੇ ਨਾਲ ਉਹਨਾਂ ਤਲ ਦੇਣਾ। ਸੁਰਖ ਹੋ ਗਈ ਉਹ ਜਗ੍ਹਾ, ਚੂੰਕਿ ਹੁਣ ਹਨੇਰਾ ਹੋ ਗਿਆ ਇਸ ਵਾਸਤੇ ਨਹੀਂ ਆ ਰਿਹਾ। ਚਲੋ ਠੀਕ।